ਜੇਕਰ ਤੁਹਾਡਾ ਜਨਮ 80 ਦੇ ਦਹਾਕੇ ਦਾ ਹੈ ਜਾਂ ਫਿਰ ਤੁਸੀਂ ਕਿਸੇ ਪਿੰਡੂ ਬੈਕਗ੍ਰਾਉਂਡ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਲਾਜ਼ਮੀ ਤੌਰ ਤੇ ਇਹ ਗੱਲ ਆਪਣੇ ਪਰਿਵਾਰ ਤੋਂ ਰਿਸ਼ਤੇਦਾਰ ਤੋਂ ਬਜ਼ੁਰਗਾਂ ਤੋਂ ਸੁਣੀ ਹੋਵੇਗੀ ਜਾਂ ਫਿਰ ਅੱਖੀਂ ਵੇਖੀ ਹੋਵੇਗੀ ਕਿ ਸਾਡਾ ਬਜ਼ੁਰਗ ਤਾਂ ਬਾਟੀ ਭਰ ਕੇ ਦੇਸੀ ਘਿਉ ਦੀ ਪੀ ਜਾਂਦਾ ਸੀ ਜਾਂ ਤੁਸੀਂ ਇਹ ਸੁਣਿਆ ਹੋਊਗਾ ਕਿ ਫਲਾਣੇ ਦਾ ਬਜ਼ੁਰਗ ਤਾਂ 10 ਆਂਡੇ ਫੈਂਟ ਕੇ ਦੇਸੀ ਘਿਉ ਚਪਾ ਕੇ ਤੋਂ ਪੀ ਜਾਂਦਾ ਹੁੰਦਾ ਸੀ ਇਹ ਗੱਲਾਂ ਚ ਸੱਚਾਈ ਕੀ ਹੈ ਔਰ ਇਹ ਗੱਲਾਂ ਆਖਿਰਕਾਰ ਅਲੂਪ ਕਿਉਂ ਹੋ ਗਈਆਂ ਕੀ ਵਜ੍ਹਾ ਰਹੇਗੀ ਕਿ ਸਾਡੇ ਮਨਾਂ ਦੇ ਅੰਦਰ ਦੇਸੀ ਘਿਓ ਦਾ ਡਰ ਪੈਦਾ ਹੋ ਗਿਆ ਨੌਜਵਾਨ ਪੀੜ੍ਹੀ ਇੱਕ ਚਮਚਾ ਦੇਸੀ ਘਿਓ ਤੋਂ ਵੀ ਡਰਦੀ ਹੈ ਨਹੀਂ ਨਹੀਂ ਮੈਂ ਤਾਂ ਮੋਟਾ ਹੋ ਜਾਊਂਗਾ ਦੇਸੀ ਘਿਓ ਨਾ ਪਾਓ ਇਹਦੇ ਨਾਲ ਕੋਲੇਸਟ੍ਰੋਲ ਵੱਧ ਜਾਊਗਾ ਦੇਸੀ ਘਿਓ ਦੇ ਬਾਰੇ ਸਾਡੇ ਮਨ ਦੇ ਅੰਦਰ ਇਹ ਫੋਬੀਆ ਕਿਉਂ ਪੈਦਾ ਹੋਇਆ ਹਾਲਾਂਕਿ ਹੁਣ ਕਹਿ ਲੋ ਕਿ ਲੋਕ ਰਿਵਰਸ ਹੋ ਗਿਆ ਬਹੁਤੇ ਘਰਾਂ 'ਚ ਦੇਸੀ ਘਿਓ ਮੁਰ ਤੋਂ ਵਰਤਣ ਲੱਗ ਪਏ ਆ ਆਖਿਰਕਾਰ ਇਹਦੇ ਲਾਹੇ ਕੀ ਨੇ ਨੁਕਸਾਨ ਕੀਨੇ ਤੇ ਕਿਹੜੀ ਵਜ੍ਹਾ ਸੀ ਜਿਹਦੇ ਕਰਕੇ ਸਾਡੇ ਮਨਾਂ ਦੇ ਅੰਦਰ ਇਸ ਗੱਲ ਦਾ ਡਰ ਪੈਦਾ ਹੋ ਗਿਆ ਇਸ ਤमाम ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਵਰਦਾਨ ਆਯੁਰਵੇਦ ਦੇ ਐਮ ਡੀ ਤੇ ਮਸ਼ਹੂਰ ਵੈਦ ਸੁਭਾਸ਼ ਕੋਇਲ ਕੋਇਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸੋਢੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਅਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸੇਤ ਭਰੀ ਸ਼ਾਸ੍ਰੀਕਾਲ ਸੇ ਕੋਇਲ ਸਾਹਿਬ ਕਦੇ ਤੁਸੀਂ ਵੀ ਦੇਸੀ ਕਿਉਂ ਆਹ ਭਰ ਕੇ ਬਾਟੀ ਚ ਪਾ ਕੇ ਪੀਤਾ ਜਾਂ ਤੁਹਾਡੇ ਕਿਸੇ ਬਜ਼ੁਰਗ ਨੇ ਜਾਂ ਗੱਲਾਂ ਤੁਸੀਂ ਵੀ ਸੁਣੀਆਂ ਨਹੀਂ ਅਸੀਂ ਜਦੋਂ ਪਿੰਡ ਰਹਿੰਦੇ ਸੀ ਉਦੋਂ ਪੀਂਦੇ ਸੀ ਔਰ ਘਰ ਚ ਸੁਖ ਨਾਲ ਵਧੀਆ ਸੀ ਸਾਡੇ ਪਰਿਵਾਰ ਚ ਅਸੀਂ ਸਾਡੇ 4 ਚਾਚੇ ਤਾਏ ਪਿਤਾ ਜੀ ਹੋਣੀ 4-5 ਭਰਾ ਉਹਨਾਂ ਦੀਆਂ ਫੈਮਲੀਆਂ ਫਿਰ ਅਸੀਂ ਉਹਨਾਂ ਦੇ ਅੱਗੇ 17-18 ਬੱਚੇ ਅੱਛਾ ਜੀ ਤੇ ਤਾਇਿਆਂ ਦੇ ਰਲਾ ਕੇ ਕਿਸਦੇ ਤਿੰਨ ਸੀ ਕਿਸਦੇ ਚਾਰ ਸੀ ਸਾਰੇ ਵਧੀਆ ਇੱਕ ਪਰਿਵਾਰ ਚ ਰਹਿੰਦੇ ਸੀ ਹਾਂ ਡਿਊਟੀ ਚ ਮੰਜੇ ਡਾਹ ਕੇ ਰਾਤ ਨੂੰ ਇੱਕ ਫਰਾਟਾ ਲਾ ਕੇ ਸੌਂਦੇ ਸੀ ਕੋਈ ਏਸੀ ਨਹੀਂ ਸੀ ਕੋਈ ਪੱਕਾ ਨਹੀਂ ਸੀ ਜੀ ਦਾਦੀ ਨਾਲ ਹੀ ਤਿੰਨ ਤਿੰਨ ਚਾਰ ਘੁਸੇ ਰਹਿੰਦੇ ਸੀ ਹੈਨਾ ਤੇ ਐਦਾਂ ਦਾ ਸੀ ਫੈਮਲੀ ਜੀ ਮੈਂ ਗਿਆਨੀ ਗੁਰਦੇਵ ਸਿੰਘ ਦੀ ਕਿਤਾਬ ਪੜ੍ਹੀ ਜੀ ਮੇਰੇ ਪਿੰਡ ਉਹਦੇ ਚ ਉਹ ਲਿਖਦੇ ਆ ਵੀ ਕੋਈ ਬੰਦਾ 2 ਕਿਲੋ ਦੇਖ ਆ ਗਿਆ ਦੇਸੀ ਘਿਓ ਦੀ ਬਣੀ ਉਹ ਗਲਾਸ ਭਰ ਕੇ ਢੀਕ ਲੱਗ ਦੇਸੀ ਘਿਓ ਪੀ ਗਿਆ ਪਿੰਡਾਂ 'ਚ ਮੇਰੇ ਖਿਆਲ ਉਹਦੋਂ ਐਵੇਂ ਜਿਹੇ ਮੁਕਾਬਲੇ ਹੁੰਦੇ ਸੀ ਵੀ ਫਰਾਨਿਆਂ ਤੋਂ 2 ਕਿਲੋ ਜਲੇਬੀਆਂ ਖਾਜੇਗਾ ਡਾਕਟਰ ਸਾਹਿਬ ਫਿਰ ਹੁਣ ਡਰ ਕਿਉਂ ਪੈਦਾ ਹੋ ਗਿਆ ਮਿੱਠੇ ਵਾਲਾ ਤੇ ਦੇਸੀ ਘਿਓ ਵਾਲਾ ਸਹੀ ਕਹਿ ਰਹੇ ਹੋ ਤੁਸੀਂ ਕਿੰਨੇ ਗੋਲ ਗੁਪੇ ਖਾ ਲਈ ਦੇਸੀ ਘਿਓ ਦੇ ਬਾਰੇ ਜਿਹੜਾ ਡਰ ਪੈਦਾ ਹੋਇਆ ਖਾਸ ਤੌਰ ਤੇ ਪੰਜਾਬੀ ਲੋਕਾਂ ਦੇ ਸੁਭਾਅ ਦੇ ਅੰਦਰ ਜਿਨ੍ਹਾਂ ਦੀ ਰੂਹ ਦੀ ਖਰਾਕ ਸੀਗੀ ਇਹਦੀ ਵਜ੍ਹਾ ਕੀ ਡਾਕਟਰ ਸਾਹਿਬ ਇਹਦੀ ਵਜ੍ਹਾ ਵੱਡੀ ਕਾਰਨ ਇਹ ਹੋਇਆ ਕਿ ਸਾਡੇ ਨਾਲ ਜਿਹੜਾ ਯੂਥ ਹੈ ਇਹੀ ਅੱਗੇ ਜਾ ਕੇ ਮਾਪੇ ਬਣਦਾ ਹੈ ਹੂੰ ਜਦੋਂ ਇਹ ਘਰੋਂ ਨਿਕਲਿਆ ਖਾਣਾ ਪੀਣਾ ਨਿਕਲਿਆ ਸੀ ਘਰੋਂ ਜਦੋਂ ਨਿਕਲਿਆ ਤਾਂ ਨਿੱਕਲਦੀ ਇਹਨੂੰ ਬਾਜ਼ਾਰ 'ਚ ਹਾਟ ਡੌਗ ਦਿਖਿਆ ਪੈਟੀ ਦਿਖੀ ਫਿਰ ਇਹਨੂੰ 버ਗਰ ਦਿਖੇ ਪੇਸਟਰੀ ਆ ਜੀ ਫਿਰ ਇਹਨੂੰ ਪੇਸਟਰੀਆਂ ਇਹਨੂੰ ਬੜਾ ਕੁਝ ਦਿਖਿਆ ਬਾਹਰ ਆ ਕੇ ਇਹ ਉਹ ਚੁਲਝ ਗਿਆ ਜਦੋਂ ਇਹ ਉਹਦੇ ਚੁਲਝਾ ਇੰਡੂ ਆ ਗਈ ਪ੍ਰੋਬਲਮ ਥੋੜਾ ਜਿਆ ਤੁਰਦਾ ਸਾਹ ਚੜਨ ਲੱਗ ਗਿਆ ਥੋੜਾ ਜਿਆ ਭੱਜਦਾ ਸਾਹ ਚੜਨ ਲੱਗ ਗਿਆ ਸੈਰ ਨਹੀਂ ਕਰਦਾ ਬਲੌਕ ਹੋ ਗਿਆ ਫਿਰ ਉਹ ਡਾਕਟਰ ਕੋਲ ਜਾਂਦਾ ਉਹ ਕਹਿੰਦਾ ਤੂੰ ਕਿਉਂ ਨਹੀਂ ਖਾਣਾ ਤੂੰ ਤੇਲ ਨਹੀਂ ਖਾਣਾ ਤੂੰ ਆਹ ਨਹੀਂ ਖਾਣਾ ਤੂੰ ਮਾਂ ਨਹੀਂ ਖਾਣੇ ਤੂੰ ਰਾਜਮਾ ਨਹੀਂ ਖਾਣੇ ਤੂੰ ਉਹਦਾ ਸਾਰਾ ਸਿਸਟਮ ਬੰਦ ਹੋ ਗਿਆ ਜੀ ਇਹ ਇੱਕ ਬਹੁਤ ਵੱਡਾ ਡਰ ਪੈਦਾ ਕੀਤਾ ਹੈ ਇਹਦੇ ਨਾਲ ਹੀ ਡਾਕਟਰ ਸਾਹਿਬ ਸ਼ਾਇਦ ਕਾਰਪੋਰੇਟ ਘਰਾਣਿਆਂ ਦੀਆਂ ਮਸ਼ਹੂਰੀਆਂ ਨੇ ਵੀ ਉਹਨਾਂ ਨੂੰ ਪਤਾ ਨਹੀਂ ਰਫਾਈਨਡ ਆ ਗਿਆ ਜੀ ਦੇਸੀ ਤੋਂ ਚੰਗਾ ਹੈ ਇਹ ਉਹ ਪਤਾ ਨਹੀਂ ਸੀ ਇਸ ਗੱਲ ਦਾ ਵੱਡੇ ਘਰਾਣਿਆਂ ਨੂੰ ਇਹ ਗੱਲ ਪਤਾ ਨਹੀਂ ਸੀ ਉਹ ਜਦੋਂ ਸਾਡਾ ਜੂਥ ਡਰ ਗਿਆ ਉਹ ਜੂਥ ਬੱਚੀ ਵਾਲਾ ਜਦੋਂ 35 ਦਾ ਹੋਇਆ ਉਹਨਾਂ ਨੂੰ ਸਮਝ ਆ ਗਈ ਵੀ ਇਹ ਤਾਂ ਵਧੀਆ ਡਰਦੇ ਨੇ ਹੁਣ ਇਹਨਾਂ ਦਾ ਤਾਂ ਦੇਸੀ ਕਿ ਉਹ ਤਾਂ ਛੜਾਤਾ ਹੁਣ ਇਹਨਾਂ ਨੂੰ ਕੀ ਖਵਾਈਏ ਉਹ ਪੁੱਛਣ ਲੱਗੇ ਨਾ ਆਪ ਦੇਣਾ ਕੀ ਇਹਨਾਂ ਨੂੰ ਉਹ ਪੁੱਛਣ ਲੱਗੇ ਵੀ ਦੇਸੀ ਕਿ ਉਹਦੀ ਜਗ੍ਹਾ ਫਿਰ ਕੀ ਖਾਈਏ ਫਿਰ ਡਾਕਟਰ ਕੋਲ ਜਵਾਬ ਨਹੀਂ ਹੁੰਦਾ ਸੀ ਕੀ ਦਵਾਂ ਫਿਰ ਉਹ ਪਹਿਲਾਂ ਤਾਂ ਕਹਿੰਦੇ ਸਰੋਂ ਦਾ ਤੇਲ ਲਾ ਲੈ ਕੁਝ ਕਹਿੰਦਾ ਰ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਕੁਝ ਦਈਏ ਉਹ ਫਿਰ ਰਿਫਾਈਂਡ ਘਸੇੜਤਾ ਵਿੱਚ ਠੀਕ ਹੈ ਜੀ ਵੀ ਆ ਲੈ ਲਓ ਇਹਦੇ ਨਾਲ ਕੋਲੇਸਟ੍ਰੋਲ ਨਹੀਂ ਵਧੂਗਾ ਐਂ ਨਹੀਂ ਹੋਗਾ ਉਹ ਜੋ ਸਾਰਾ ਕੁਝ ਖਿੱਚ ਲਿਆ ਉਹ ਦੇਤਾ ਪਾਣੀ ਤੇ ਉਹ ਖਾਣ ਲੱਗ ਗਿਆ ਉਹ ਖਾਣ ਲੱਗ ਗਿਆ ਹੋਰ ਪ੍ਰੋਬਲਮ ਹੋਣ ਲੱਗਿਆ ਕਿ ਦਸਾਂ ਉਖੜ ਲੱਗਾ ਕਿ ਦਿਲੰਗ ਬੀਕ ਹੋ ਗਈ ਕਿਦਾ ਹੌਲੀ ਹੌਲੀ ਜਦੋਂ ਉਹਨਾਂ ਨੂੰ ਸਮਝ ਆਇਆ 10-15 ਸਾਲ ਚ ਵੀ ਇਹਦੇ ਨਾਲ ਤਾਂ ਰਿਫਾਈਂਡ ਨਾਲ ਤੱਕ ਪ੍ਰੋਬਲਮ ਆ ਰਹੀਆਂ ਨੇ ਫਿਰ ਉਹ ਦੇਸੀ ਕਿਉ ਉਹ ਛੱਡ ਗਿਆ ਫਿਰ ਰਿਫਾਈਂਡ ਵੀ ਛੱਡਿਆ ਫਿਰ ਉਹ ਮੁੜ ਕੇ ਸਰੋਂ ਦੇ ਤੇਲ ਵੱਲ ਆ ਗਿਆ ਜੀ ਤੁਸੀਂ ਸੁਣਦੇ ਸਭ ਦੇਖੋ ਵੀ ਅੱਜ ਤੋਂ 5-6 ਸਾਲ ਪਹਿਲਾਂ ਸਰੋਂ ਦੇ ਤੇਲ ਦੀ ਬੋਤਲ 80 ਰੁਪਏ ਦੀ ਹੁੰਦੀ ਸੀ ਬਿਲਕੁਲ ਅੱਜ ਉਹ 200 ਦੀ ਹੋ ਗਈ ਹੂੰ ਜਿਹੜੀ ਚੀਜ਼ ਦੀ ਡਿਮਾਂਡ ਵਧੂਗੀ ਉਦੇ ਵੱਲ ਧਿਆਨ ਜਾਊਗਾ ਤੇ ਉਹ ਕੀ ਹੋਇਆ ਫਿਰ ਹੁਣ 200 ਰੁਪਏ ਦਾ ਸਰੋਂ ਦਾ ਤੇਲ ਆ ਭਲੇ ਮਾਨਸੂ ਇੱਕ ਗਨ ਸਮਝੋ ਤੁਸੀਂ ਮੈਂ ਕਹਿੰਨਾ ਚਲੋ ਸਾਰਿਆਂ ਨੂੰ ਨਹੀਂ ਨੌਲੇਜ ਹੁੰਦੀ ਪਰ ਸਾਡੇ ਖੇਤੀਬਾੜੀ ਵਾਲਿਆਂ ਨੂੰ ਤਾਂ ਨੌਲੇਜ ਆ ਮੈਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਕਹਿਣਾ ਵੀ ਜਿਹੇ ਜੀ ਟੁੱਟੀ ਫੁੱਟੀ ਆਉਂਦੀ ਆ ਨਾ ਇਹ ਮੋਬਾਈਲ ਮੂਹਰੇ ਕਰਕੇ ਵੀਡੀਓ ਪਾ ਦਿਆ ਕਰੋ ਕੋਈ ਤਾਂ ਗੱਲ ਸਮਝ ਆਊ ਵੀ ਮੈਂ ਕਿਹਦੇ ਤੇ ਬੈਠਾ ਜੀ ਮੈਂ ਫਲਾਣਾ ਸਿੰਘ ਮੇਰਾ ਫਲਾਣਾ ਪਿੰਡ ਮੈਂ ਫਲਾਣੇ ਪਿੰਡ ਚ ਰਹਿਣਾ ਤੇ ਮੈਂ ਸਰੋਂ ਬਾਰੇ ਦੱਸਣ ਲੱਗਾ ਮੈਂ ਤੁਹਾਨੂੰ ਕਣਕ ਬਾਰੇ ਦੱਸਣ ਲੱਗਾ ਮੈਂ ਕਹਿੰਦਾ ਯਾਰ ਆਪਾਂ ਦੁਨੀਆ 'ਚ ਚਲੇ ਜਾਵਾਂਗੇ ਬਾਅਦ 'ਚ ਵੀਡੀਓ ਸਿੱਧੂ ਮੂਸੇ ਵਾਲੇ ਵਾਂਗੂ ਵੱਜਦੀਆਂ ਰਹਿਣੀਆਂ ਨੇ ਕੀ ਪਤਾ ਤੁਹਾਡਾ ਕਿੱਥੇ ਨਵ ਚਮਕ ਜੇ ਦੱਸੀ ਜਾਓ ਲੋਕਾਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਜਿਵੇਂ ਸਰੋਂ ਹੈ ਸਰੋਂ ਦੇ ਉੱਤੇ ਜੇ ਵਿਆਖਿਆ ਕਰੀਏ ਆਪਾਂ ਤਾਂ ਸੋਢੀ ਸਾਹਿਬ ਸਰੋਂ ਜਿਹੜੀ ਜੇ ਪੀਲੀ ਸਰੋਂ ਲੈਣੀ ਆ ਅਸਲੀ ਉਹ ਹੀ ਆ ਉਹ ਸਰੋਂ ਲੈ ਕੇ ਅਸੀਂ ਉਹਦਾ ਤੇਲ ਕਢਾਉਨੇ ਆ ਉਹ ਤੇਲ ਨਾਰਮਲੀ 400 ਪਲੱਸ ਤੁਹਾਨੂੰ ਤੇਲ ਦੀ ਕੀਮਤ ਨਿਕਲੂਗੀ ਕਢਾ ਕੇ ਲੀਟਰ ਦੀ ਬਾਜ਼ਾਰ ਚੋਂ 200 ਤੋਂ ਥੱਲੇ ਵੀ ਕੀ ਜਾਂਦਾ ਕੀ ਆ ਉਹਦੇ ਚ ਕੀ ਪਾਉਂਦੇ ਹੋਣਗੇ ਜੋ ਸ ਤਾਂ ਇੰਨਾ ਹੀ ਦੱਸਿਆ ਬਹੁਤ ਹੈ ਜੀ ਬਾਕੀ ਵਿਦਵਾਨ ਨੇ ਸਾਰੇ ਲੋਕ ਕਮੈਂਟ ਪਾਉਣਗੇ ਥੱਲੇ ਦੱਸਣਗੇ ਆਪਾਂ ਨੂੰ ਮੈਂ ਕਹਿੰਦਾ ਦੱਸੋ ਸਾਨੂੰ ਤੁਸੀਂ ਜੇ ਤੁਹਾਨੂੰ ਸਾਰੀ ਨੌਲੇਜ ਆ ਗੱਲ ਕਰੋ ਥੱਲੇ ਵੀ ਤੁਹਾਨੂੰ ਕੀ ਖਾਣ ਨੂੰ ਮਿਲ ਰਿਹਾ ਤੇ ਉਹਦੇ ਵਿੱਚ ਜੋ ਵੀ ਦੁਨੀਆ ਭਰ ਦਾ ਸਭ ਤੋਂ ਨੁਕਸਾਨ ਦੇਣ ਵਾਲੀਆਂ ਚੀਜ਼ਾਂ ਮਿਕਸ ਹੁੰਦੀਆਂ ਨੇ ਹੁਣ ਅੱਗੇ ਕੀ ਹੁੰਦਾ ਸੀ ਥੋੜੀ ਜੀ ਸਾਬ ਤੁਸੀਂ ਜੇ ਤੇਲ ਘਰੇ ਹੁਣ ਵੀ ਕਢਾ ਲਿਓ ਕਾਣੀ ਦਾ ਕਢਾ ਕੇ ਤੁਸੀਂ ਜਰਾ ਇੱਕ ਲਾ ਕੇ ਦੇਖਿਓ ਜ ਅੱਖਾਂ ਮਚਣ ਨਾਲ ਲੱਗ ਜਾਣ ਆ ਸਾਡੇ ਘਰੇ ਕੋਲੂ ਦਾ ਕੀ ਤੇਲ ਹਾਂ ਆਹ ਕਢਾਉਣੇ ਸੀ ਸਰੋਂ ਦਾ ਅੱਜ 6 6 ਸਾਲ ਦੇ ਜਵਾਕਾਂ ਨੂੰ ਸਾਈਨਸ ਹੋ ਰਿਹਾ ਜੀ ਨੱਕ ਚ ਹੱਡੀ ਵਧ ਗਈ ਕਿੱਥੋਂ ਵਧ ਗਈ ਇਹ ਤੇਲ ਹੀ ਨਹੀਂ ਲੱਗਦਾ ਅੱਗੇ ਸਾਡੇ ਸਿਰਾਂ ਚ 14 ਹੁੰਦਾ ਸੀ ਸਕੂਲ ਜਾਂਦੇ ਸੀ ਜਦੋਂ ਸਿਰ 'ਚ ਤੇਲ ਐ ਚੁੰਦਾ ਦੀ ਅੱਖਾਂ 'ਤੇ ਲੜਦਾ ਦੀ ਚੀਕਾਂ ਮਾਰਦੇ ਨੇ ਤੇ ਮਾਰ ਇੱਕ ਥੱਪੜ ਵੀ ਮਾਰ ਦਿੱਤੀ ਵਿੱਚੋਂ ਮੈਂ ਲਾ ਰਹੀ ਹਾਂ ਤੇਰੇ ਉਹ ਪੂਰਾ ਚਮਕਾ ਕੇ ਭੇਜਦੇ ਸੀ ਪੂਰਾ ਲਸਕਾ ਕੇ ਭੇਜਣਾਬ ਦੇ ਜਵਾਕ ਨੂੰ ਅਸੀਂ ਚੀਕਾਂ ਮਾਰਨੀਆਂ ਨਾਲ ਸੀਣ ਨਿਕਲੀ ਜਾਣਾ ਹੋਣੇ ਕੁੱਟੀ ਵੀ ਜਾਣਾ ਲਾਈ ਵੀ ਜਾਣਾ ਤਾਂ ਉਹ ਜਿਹੜੀ ਚੀਜ਼ ਸੀ ਉਹ ਅੱਜ ਵੀ ਮਝਾਲਾ ਕਦੇ ਕੋਲਡ ਹੋ ਜੇ ਬੋਲੀ ਕਰੋਨਾ ਕਾਲ ਹੋ ਕੇ ਗਿਆ ਰੋਜ਼ ਮੈਂ 300 400 ਬੰਦੇ ਦਾ ਖਾਣਾ ਦੇ ਕੇ ਆਉਂਦਾ ਸੀ ਆਪਣੀ ਸਵੇਰ ਵੱਲੋਂ ਜੀ ਕਲੋਨੀਆਂ ਚ ਜਾਂਦਾ ਸੀ ਰੱਬ ਜਾਣੇ ਕੀ ਸੀ ਕੀ ਨਹੀਂ ਮੈਂ ਮਾਸਕ ਵੀ ਨਹੀਂ ਲਾਉਂਦਾ ਸੀ ਜੇ ਲਾਉਂਦਾ ਸੀ ਤਾਂ ਲੈ ਲੂ ਜਾਂਦਾ ਸੀ ਵਿੱਚ ਹੀ ਖੜ ਕੇ ਕਦੇ ਰੱਬ ਦੀ ਕਰਨੀ ਐ ਸੀ ਕੋਈ ਗੱਲ ਨਹੀਂ ਵੀ ਐ ਹੋ ਜੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਇਮਿਊਨ ਪਾਵਰ ਨੂੰ ਵੀਕ ਕੀਤਾ ਤੇ ਹੁਣ ਹੁਣ ਗੱਲ ਕਰਦੇ ਆਂ ਦੇਸੀ ਘਿਓ ਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਦੇਸੀ ਘਿਓ ਦਾ ਇੱਕ ਡੱਬਾ ਮਾਰਕੀਟ ਚ ਤੁਸੀਂ ਲੈਣ ਜਾਂਦੇ ਹੋ ਸੋਡੀ ਸਾਹਿਬ ਤੁਸੀਂ ਮਾਲ ਚ ਹੀ ਜਾਂਦੇ ਹੋ ਚਲੋ ਸਾਡੇ ਲਈ ਮਾਲ ਬਣ ਕੇ ਇੱਕ ਫੈਸਿਲਿਟੀ ਹੈ ਸੁਪਰਮਾਰਕੀਟ ਬਾਲ ਦੇ ਵਿੱਚ ਸਾਡੇ ਕੋਲੇ ਇੱਕ ਚੋਇਸ ਆ ਗਈ ਅੱਗੇ ਤਾਂ ਸਾਡੇ ਕੋਲੇ ਮਨ मतलब ਪਿੰਡ ਦੇ ਵਿੱਚ ਇੱਕ ਚੁਆਇਸ ਹੁੰਦੀ ਸੀ ਬਾਣੀਆਂ ਦੀ ਹੱਟੀ ਹਾਲਾ ਇਹ ਕਹਿੰਦਾ ਲਾਲਾ ਜੀ ਕੋਈ ਵਧੀਆ ਜਾ ਕੇ ਆਇਆ ਉਹ ਕਹਿੰਦਾ ਸੋਹਣਾ ਫਲਾਣਾ ਨਾਂ ਲੈਂਦਾ ਸੀ ਉਹ ਕੋਈ ਦੇ ਦਿੰਦਾ ਸੀ ਡਾਲਡਾ ਜਾਂ ਫਲਾਣਾ ਤੇ ਉਹ ਜਿਹੜਾ ਦੇਤਾ ਲਾਲਾ ਜੀ ਨੇ ਠੀਕ ਆ ਬਈ ਓਕੇ ਹੋ ਗਿਆ ਹੁਣ ਉਹਨ ਲਾਲਾ ਜੀ ਹਟ ਗਏ ਅੱਗੇ ਲਾਲੇ ਨੂੰ ਵੀ ਫਿਕਰ ਹੁੰਦਾ ਸੀ ਵੀ ਤੁਹਾਡੇ 3 ਪੁੱਤਾਂ ਨੂੰ ਆਪਣੀ ਸਮਝਦਾ ਦੀ ਉਹਦਿਆਂ ਨੂੰ ਤੁਸੀਂ ਸਮਝਦੇ ਦੀ ਸਾਰੀ ਤੇ ਪਿੰਡ ਦੇ ਲੋਕ ਇੱਕ ਪਰਿਵਾਰ ਵਾਂਗੂ ਰਹਿੰਦੇ ਸੀ ਉਹ ਕਹਿ ਦਿੰਦਾ ਦੀ ਭਾਈ ਆ ਮਾੜਾ ਹੈ ਲੈ ਕੇ ਨਾ ਜਾਈ ਹੈਨਾ ਤੇ ਹੁਣ ਕੀ ਹੋ ਗਿਆ ਉਹਨਾਂ ਦਾ ਮੌਲ ਚ ਜਾਣੇ ਸਾਡੇ ਕੋਲੇ ਚੋਆਇਸ ਪਈ ਆ ਉਹਦੇ ਉੱਤੇ ਲਿਖਿਆ 560 ਰੁਪਏ ਥੱਲੇ ਉਹਦੇ ਤੇ 560 ਤੇ ਕਾਟਾ ਮਾਰ ਕੇ ਲਿਖਿਆ ਉਹਦਾ 490 ਵੀ ਪਹਿਲਾਂ ਹੀ 490 ਲਿਖਦੇ ਹੂੰ ਕੀ ਕਹਿਣਾ ਕੀ ਜਾ ਉਹਨਾਂ ਤੋਂ ਹੈਨਾ ਤੇ ਫਿਰ ਉਹਦੇ ਵਿੱਚ 490 ਦਾ ਡੱਬਾ ਤੁਹਾਨੂੰ ਦੇਤਾ 490 ਚ ਉਹ ਬੰਦੇ ਨੇ ਵੀ ਕਮਾਏ ਦੁਕਾਨ ਵਾਲੇ ਨੇ ਮੰਨ ਲਓ 50 ਰੁਪਏ ਡੱਬਾ ਤਾਂ ਘੱਟੋ ਘੱਟ ਕਮਾ ਕੇ ਹੀ ਦਿੱਤਾ 440 ਰਹੇ ਫਿਰ ਉਹਦੀ ਪੈਕਿੰਗ ਡਿਸਪੈਚਿੰਗ ਹੋਰ ਚੀਜ਼ਾਂ ਦੇ ਖਰਚੇ ਲਾ ਕੇ ਮਸਾ ਉਹ ਤੁਹਾਡੇ ਕੋਲੇ 250 ਦਾ ਕਿਉਂ ਆ ਜਿਹੜਾ ਉਹਦੇ ਵਿੱਚ ਆ ਇਹੀ ਤੁਸੀਂ ਅਸਲੀ ਕੀਮਤ ਪੇ ਕਰਕੇ ਉਹ 250 ਨੇ ਲੈ ਲਿਆ ਆਪਣੇ ਕਿਉਂ ਦਾ ਜੀ 250 ਚ ਤੁਸੀਂ ਮੈਨੂੰ ਦੱਸ ਦੋ ਜੀ ਕਿਹੜਾ ਦੁਨੀਆ ਦਾ ਦੇਸੀ ਕਿਉਂ ਬਣ ਜਾਊਗਾ ਹੂੰ ਕੀ ਖਾ ਰਹੇ ਆਂ ਆਪਾਂ ਘਰੇ ਜਿਹੜਾ ਦੇਸੀ ਕਿਉਂ ਬਣਦਾ 800 900 ਰੁਪਏ ਕਿਲੋ ਤੱਕ ਘਰੇ ਪੈਂਦਾ ਜਿਹੜਾ ਕਰੀਮ ਚੋਂ ਕੱਢਦੇ ਆਂ ਠੀਕ ਹੈ ਜੀ ਜੇ ਕਿਤੇ ਅਸਲੀ ਵਿਧੀ ਨਾਲ ਜਿਵੇਂ ਆਯੁਰਵੇਦ ਗ੍ਰੰਥਾਂ 'ਚ ਲਿਖਿਆ ਦੇਸੀ ਘਿਓ ਬਣਾਉਣ ਦਾ ਤਰੀਕਾ ਜੇ ਉਸ ਤਰੀਕੇ ਨਾਲ ਅਸੀਂ ਘਿਓ ਬਣਾਵਾਂਗੇ ਤਾਂ ਉਹ ਘਿਓ ਜਿਹੜਾ ਹੈਗਾ ਸਰੋਂ 1100 1200 ਰੁਪਏ ਕਿ ਲੀਟਰ ਤੋਂ ਘੱਟ ਨਹੀਂ ਪੈਂਦਾ ਤੇ ਤੁਹਾਡੇ ਕਹਿਣ ਦਾ ਮਤਲਬ ਡਾਕਟਰ ਸਾਹਿਬ ਵੀ ਜਿਹੜਾ ਸਰੋਂ ਦਾ ਤੇਲ ਹੈ ਉਹ ਵੀ ਆਪ ਸਰੋਂ ਖਰੀਦ ਕੇ ਤੇ ਕਢਾਇਆ ਜਾਵੇ ਅੱਖਾਂ ਦੇ ਮੂਰੇ ਤੇ ਉਧਰੋਂ ਫਿਰ ਦੇਸੀ ਘਿਓ ਵੀ ਜਿਵੇਂ ਸਵਾਣੀਆਂ ਪਹਿਲਾਂ ਘਰੇ ਬਣਾਉਂਦੀਆਂ ਸੀ ਉਸੇ ਤਰ੍ਹਾਂ ਦੇਸੀ ਘਿਓ ਜਿਹੜਾ ਉਹ ਘਰੇ ਬਣਾਇਆ ਜਾਵੇ ਬਿਲਕੁਲ ਬਣਾਇਆ ਜਾਵੇ ਤੁਸੀਂ ਮੈਂ ਮਲੇਰਕੋਟਲੇ ਰਹਿ ਰਿਹਾ ਜੀ ਉੱਥੇ ਮਤਲਬ ਮੰਡੀ ਸੀ ਮੰਡੀ ਦੇ ਨਾਲ ਨਾ ਜੀ ਕੋਲੂ ਲੱਗਾ ਹੋਇਆ ਸੀ 6-6 ਕੋਲੂ ਚੱਲਦੇ ਸੀ ਉਹ ਕੋਲੂ ਕਦੇ ਰੁਕਦਾ ਹੀ ਨਹੀਂ ਸੀ ਉਹ ਤੇਲ ਹੀ ਕੱਢੀ ਜਾਂਦਾ ਸੀ ਉਹ ਤੇਲ ਹੀ ਕੱਢੀ ਜਾਂਦਾ ਸੀ ਉਹ ਕੋਲੂ ਹੀ ਬੰਦ ਹੋ ਗਿਆ ਹੈ ਜੀ ਹੁਣ ਖਤਮ ਕਿਉਂਕਿ ਅਗਲਾ ਕੱਢੂਗਾ ਤਾਂ ਤਾਂ ਜੇ ਕੋਈ ਲੈ ਕੇ ਜਾਓ ਹੁਣ ਦੇਸੀ ਘਿਓ ਦੀ ਵਰਤੋਂ ਦੇ ਮੈਨੂੰ ਲਾਹੇ ਦੱਸ ਦੋ ਤੇਲ ਦੇ ਵੀ ਤੇ ਬਹੁਤ ਹੀ ਫਾਇਦਾ ਜੀ ਦੇਸੀ ਘਿਓ ਦਾ ਤਾਂ ਬਹੁਤ ਹੀ ਫਾਇਦਾ ਜਿਹੜੇ ਲੋਕ ਕਹਿੰਦੇ ਹਨ ਨਾ ਜੀ ਹਾਰਟ ਦੀ ਪ੍ਰੋਬਲਮ ਹੈ ਸਾਰੇ ਤੇਲ ਕੋ ਉਹ ਬੰਦ ਕਰਕੇ ਦੇਸੀ ਘਿਓ ਸ਼ੁਰੂ ਕਰ ਦੋ ਜਿੰਨੀ ਵੀ ਤੁਹਾਡੇ ਹਾਰਟ ਦੀ ਆਰਟਰੀਜ਼ ਦੇ ਵਿੱਚ ਬਲੌਕਜ ਆ ਉਹ ਕਲੀਨ ਕਰ ਦੇਣੀ ਹੈ ਲਚਕ ਦੇ ਦੇਣੀ ਹੈ ਉਹਨਾਂ ਨੂੰ ਜਦੋਂ ਇਹਦੇ ਨਾਲ ਕਲੀਨ ਹੋਣੀ ਆ ਤੇ ਉਸ ਤੋਂ ਬਾਅਦ ਜਿਹੜਾ ਤੇਲ ਸਰੋਂ ਦਾ ਉਹ ਖਾਓ ਅਸਲੀ ਖਾਓ ਹੂੰ ਜਿਹੜਾ ਨਕਲੀ ਹੈ ਨਾ ਜੀ ਉਹਦਾ ਪਤਾ ਹੀ ਕੀ ਕੰਮ ਆ ਹੁਣ ਮੰਨ ਲਓ ਇੱਕ ਪਾਈਪ ਆ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਇਹ ਪੈਨ ਨਾਲ ਆਪਣੇ ਕੋਲੇ ਠੀਕ ਹੈ ਇਸ ਪੈਨ ਦੇ ਵਿੱਚ ਇੱਕ ਰਿਫਲ ਚੱਲ ਰਿਆ ਜੀ ਠੀਕ ਹੈ ਹੁਣ ਉਹ ਰਿਫਲ ਇਹ ਇਹ ਸਾਡਾ ਮੰਨ ਲਓ ਹਾਰਟ ਦੀ ਆਰਟਰੀਜ਼ ਵੇਨ ਇਹਦੇ ਵਿੱਚੋਂ ਰਿਫਲ ਚ ਸਿਆਹੀ ਚੱਲਦੀ ਆ ਜਦੋਂ ਤੱਕ ਚੱਲੂਗੀ ਜਦੋਂ ਤੱਕ ਜੰਮਦੀ ਨਹੀਂ ਜੰਮਦੀ ਠੀਕ ਹੈ ਜੀ ਹੁਣ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਅਸੀਂ ਤੇਲ ਖਾਂਦੇ ਆ ਉਹ ਹੌਲੀ 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 ਇਹਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ। ਇਹ ਆਰਟਰੀ ਦੇ ਅੰਦਰ। ਫਿਰ ਅਸੀਂ ਕਹਿੰਦੇ ਹਾਂ ਸਟੰਟ ਪਾਓ ਤੇ ਉਹ ਕਿਉਂ ਜਦੋਂ ਉਹ ਜੰਮਣ ਲੱਗਦਾ ਬਲੱਡ ਫਲੋ ਕਰਦਾ ਉਹ ਪੂਰਾ ਬਲੱਡ ਉਹ ਚੋਂ ਪਾਸ ਹੋ ਨਹੀਂ ਪਾਉਂਦਾ ਜਿੰਨਾ ਸਾਡਾ ਹੋਣਾ। ਬਲੱਡ ਨੇ ਤਾਂ ਆਪਣਾ ਦੌਰਾ ਦੇਣਾ ਹੀ ਦੇਣਾ। ਉਹ ਫਿਰ ਹੌਲੀ ਹੌਲੀ ਇੱਥੇ ਇੱਕ ਦਰਦ ਜਾ ਉੱਠਦਾ। ਦਰਦ ਜਾ ਉੱਠਦਾ ਫਿਰ ਉਹ ਡਾਕਟਰ ਗੋਲ ਜਾਂਦਾ। ਡਾਕਟਰ 5-700 ਦੇ ਪੰਜ ਸਤ ਹਜ਼ਾਰ ਦੇ ਸੱਤ ਉਹਨੂੰ ਟੈਸਟ ਲਿਖਦਾ ਫਿਰ ਉਹਨੂੰ ਟ੍ਰੈਨ ਮਿਲ ਜੇ ਤੇ ਭਜਾਉਂਦਾ ਭਜਾ ਭਜੂ ਕੋ ਦਾ ਸਾਂਝਾ ਚੈੱਕ ਕਰਦਾ ਫਿਰ ਉਹਨੂੰ ਦੱਸਦਾ ਵੀ ਤੈਨੂੰ ਆ ਹੋ ਗਿਆ ਤੈਨੂੰ ਆਏ ਹੋ ਗਿਆ ਫਿਰ ਉਹਦੇ ਸਟੰਟ ਦੀ ਸਲਾਹ ਦਿੱਤੀ ਜਾਂਦੀ ਹੈ ਮੈਂ ਕਹਿੰਦਾ ਕਈਆਂ ਦੇ ਤਾਂ 8 8 ਡਾਉਂਡ ਆਫ ਸਟੰਟ ਪਏ ਹੋਏ ਨੇ ਪਏ ਹੋਏ ਜੀ ਬਚਦਾ ਬੰਦਾ ਨਹੀਂ ਬਚਦਾ ਸਟੰਟਾਂ ਨੇ ਅੱਜ ਤੱਕ ਕੋਈ ਬੰਦਾ ਨਹੀਂ ਬਚਾਇਆ ਰਾਜੂ ਸਰਵਾਸਤਵ ਨਹੀਂ ਬਚਿਆ ਕੀ ਕਿਹੜੀ ਫੈਸਿਲਿਟੀ ਦੀ ਨਹੀਂ ਸੀਗੀ ਉਹਦੇ ਕੋਲ ਕਿੰਨੇ ਸਟੰਟ ਪਏ ਸੀ ਸਭ ਤੋਂ ਵੱਧ ਉਹਦੇ ਪਏ ਗਏ ਤੇ ਮਤਲਬ ਇਹ ਚੀਜ਼ ਨਹੀਂ ਹੋ ਸਕਦੀ ਲੇਕਿਨ ਇਹਨੂੰ ਵਾਸ਼ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਸਾਡਾ ਸਰੋਂ ਦਾ ਤੇਲ। ਅਗਰ ਸਹੀ ਅਸਲੀ ਸਰੋਂ ਦਾ ਤੇਲ ਬੱਚਿਆਂ ਨੂੰ ਦੇਣਾ ਸ਼ੁਰੂ ਕਰ ਦੋ। ਹਲਦੀ ਦੋ ਚੁਟਕੀ ਬੱਚੇ ਨੂੰ ਅੱਜ ਦੇਣਾ ਸ਼ੁਰੂ ਕਰ ਦੋ। ਅੱਜ ਹੋ ਸਕਦਾ ਰੋ ਬਟਕੇ ਲਵੇ। ਲੇਕਿਨ ਉਹ ਜਦੋਂ ਲੈਣ ਲੱਗ ਗਿਆ ਉਹਨੂੰ ਆਦਤ ਪੈ ਗਈ ਬਾਡੀ 'ਚ એનર્ਜੀ ਬਣਨ ਲੱਗ ਗਈ ਤਾਂ ਉਹ ਪਤਾ ਲੱਗੂਗਾ। ਕਦੇ ਕਦੇ ਤੁਹਾਡੀ ਸਭ ਤੁਹਾਨੂੰ ਮੌਕਾ ਮਿਲੇ ਨਾ ਸਾਡੇ ਨਾਲ ਦਾ ਤੁਸੀਂ ਗੱਲਾਂ ਕਰਦੇ ਹੋ ਠੀਕ ਆ ਸੀ ਆਯੁਰਵੇਦ ਸਿਸਟਮ ਨਾਲ ਜੁੜੇ ਹੋਇਓ ਤੇ ਕਦੇ ਕਦੇ ਤੁਸੀਂ ਮਿਲਖਾ ਸਿੰਘ ਵਰਗੇ ਬੰਦਿਆਂ ਦੀ ਇੰਟਰਵਿਊ ਲਿਆ ਕਰੋ ਜੀ ਕਦੇ ਕਦੇ ਉਹਨਾਂ ਨੂੰ ਪੁੱਛਿਆ ਕਰੋ ਵੀ ਤੁਸੀਂ ਕੀ ਖਾਂਦੇ ਰਹੇ ਹੋ ਉਹਨਾਂ ਤੋਂ ਲੋਕ ਇਨਸਪਾਇਰ ਹੁੰਦੇ ਨੇ ਸਮਝਦੇ ਨੇ ਉਹਨਾਂ ਗੱਲਾਂ ਨੂੰ ਜਿਵੇਂ ਮੈਂ ਆਪਣੇ ਸ਼ੋਹਾਂ ਦੇ ਵਿੱਚ ਆਰਟਿਸਟਾਂ ਨੂੰ ਲੈ ਕੇ ਆਉਣਾ ਲੋਕਾਂ ਦੇ ਉਹ ਉਹ ਇਨਸਪੀਰੇਸ਼ਨ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਸੁਣਦੇ ਨੇ ਸਮਝਦੇ ਨੇ ਤੇ ਮਤਲਬ ਐਦਾਂ ਦੇ ਇਹ ਜਿਹੜਾ ਹਾਰਟ ਹੈ ਨਾ ਜੀ ਇਹਦੀ ਸੇਫਟੀ ਹੀ ਸਰੋਂ ਦੇ ਤੇਲ ਚਾਹ ਅਰ ਢਾਲਦਾ ਕਿ ਉਹ ਇਹਦੇ ਲਈ ਬਹੁਤ ਵਧੀਆ ਅਸਲੀ ਦਾਲ ਦਾ ਅਸਲੀ ਤੇ ਦੂਜਾ ਜਿਹੜਾ ਦੇਸੀ ਘਿਓ ਹੈ ਉਹ ਇਹ ਤਿੰਨ ਚੀਜ਼ਾਂ ਜੇ ਬੰਦਾ ਲੈਂਦਾ ਰਹੇ ਦੇਸੀ ਘਿਓ ਤਾਂ ਮੈਂ ਕਹਿੰਦਾ ਯਾਰ ਖੜੇ ਚਮਚਾ ਭਰ ਕੇ ਪੀਜਿਆ ਕਰੋ ਮਿਸ਼ਰੀ ਘੋਲ ਕੇ ਖਾ ਲਓ ਜੇ ਬਾਲਾ ਲੱਗਦਾ ਇੱਕ ਚਮਚਾ ਦੇਸੀ ਘਿਓ ਉਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਪਾਓ ਜੀ ਘੋਲੋ ਤੇ ਖਾਓ ਤੁਸੀਂ ਦੇਖੋ ਕਮਾਲ ਦਾ ਇੱਕ ਡਾਕਟਰ ਸਾਹਿਬ ਦੇਸੀ ਘਿਓ ਕਹਿੰਦੇ ਨੱਕ ਚ ਪਾਉਣਾ ਚਾਹੀਦਾ ਰਾਤ ਨੂੰ ਸੌਣ ਲੱਗਿਆਂ ਕੋ ਦੋ ਬੂੰਦਾਂ ਉਹ ਗੋਕਾ ਘਿਓ ਕਹਿੰਦੇ ਗਾਂ ਦਾ ਇਹ ਇਹਦਾ ਫਿਰ ਕੀ ਲਾਹਾ ਹੈਗਾ ਪਤਾ ਕਿੰਨੇ ਡਿਵੋਰਸ ਹੋ ਰਹੇ ਨੇ ਕਰਾਟੇ ਕਰਕੇ ਬੰਦਾ ਕਰਾਟੇ ਮਾਰਦਾ ਜਨਾਨੀ ਸਹਰਾਣਾ ਚਾਹ ਕੇ ਦੂਜੇ ਕਮਰੇ ਚਲੀ ਜਾਂਦੀ ਹੈ ਸਵੇਰੇ ਲੜਾਈ ਹੋ ਜਾਂਦੀ ਹੈ ਹੈ ਜੀ ਤੇ ਜ ਜਨਾਨੀ ਕਰਾਟੇ ਮਾਰਦੀ ਹੈ ਬੰਦੇ ਨੂੰ ਬਾਹਰ ਸੌਣਾ ਪੈਂਦਾ ਵੀ ਕੰਮ ਰਾਤ ਨੂੰ ਸਵੇਰੇ ਕੌਣ ਕਰੂਗਾ ਬਿਲਕੁਲ ਠੀਕ ਹੈ ਤਾਂ ਇਹ ਪੰਗੇ ਪਏ ਹੋਏ ਨੇ ਸਿਰਫ ਐਸੇ ਕਰਕੇ ਸਰ ਖੁਸ਼ਕੀ ਨਿਰੀ ਖੁਸ਼ਕੀ ਨਾ ਤਾਂ ਸੀ ਤੇਲ ਖਾਣ ਨੇ ਨਾ ਕਿਉਂ ਜਿਹੜਾ ਹੁਣ ਉਹ ਨੱਕਰਾ ਹੀ ਪਾਉਣ ਨਹੀਂ ਦੱਸਿਆ ਗਿਆ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਛੋਟੇ ਸਬ ਦੋ ਗੱਲਾਂ ਦਾ ਖਿਆਲ ਰੱਖੋ ਤੁਹਾਡੇ ਕੋਲੇ ਨੌ ਦਵਾਰ ਦਸਵਾਂ ਕਿਵੇਂ ਖੁੱਲੂ ਸੁਣਿਆ ਤੁਸੀਂ ਕਦੇ ਆਪਣੇ ਕਨਵਰ ਗਰੇਵਾਲ ਸਾਹਿਬ ਕਹਿੰਦੇ ਦਸਵਾਂ ਕਿਵੇਂ ਖੁੱਲੂ ਦਸਵਾਂ ਕਿਵੇਂ ਖੁੱਲੂ ਠੀਕ ਹੈ ਉਹ ਉਹਨਾਂ ਦੀ ਪੈਥੀ ਆ ਲੇਕਿਨ ਮੈਂ ਆਯੁਰਵੇਦ ਚ ਗੱਲ ਕਰਦਾ ਸਾਡੇ 9 ਦੇ 9 ਦੁਆਰ ਅਗਰ ਘਿਓ ਲੱਗ ਜੇ 9 ਦੇ 9 ਦੁਆਰਾਂ ਤੇ ਘਿਓਰ ਤੇਲ ਲੱਗ ਜੇ ਟਾਈਮ-ਉ ਟਾਈਮ ਘਿਓ ਜਿਹੜਾ ਅੱਖਾਂ ਚ ਵੀ ਦੇਸੀ ਘਿਓ ਅੱਛਾ ਹਾਂ ਕਮਾਲ ਦੀ ਚੀਜ਼ ਦੇਸੀ ਕਿਉ ਅੱਖਾਂ ਚ ਪਾਓ ਤੁਸੀਂ ਐ ਫੰਬਾ ਫੰਬਾ ਲੈ ਕੇ ਉਦਵਤ ਤੋਂ ਲੋ ਕਾ ਕਮਾਲ ਦਾ ਰਿਜ਼ਲਟ ਆਉਂਦਾ ਸਰ ਉਦਵਤ ਤਿਰਫਲੇ ਦੇ ਪਾਣੀ ਨਾਲ ਅੱਖਾਂ ਧੋਦੋਂ ਫੁੱਲ ਵਰਗੀਆਂ ਹੋ ਜਾਂਦੀਆਂ ਨੇ ਫਿਰ ਐ ਉਂਗਲੀ ਚ ਦੇਸੀ ਕਿਉ ਲੋ ਐ ਉਂਗਲੀ ਲੋ ਐ ਲੋਣਾ ਅੰਦਰ ਵੀ ਨਾ ਪਾਓ ਚਾਹੇ ਬਸ ਇੱਥੇ ਆदत ਪਾ ਲੋ ਜਿਹੜਾ ਅੱਗੇ ਵਾਲਾ ਹੈ ਰਹੀਆਂ ਜੀ ਇੱਥੇ ਲਾਓ ਉਦੋਂ ਬਾਅਦ ਕੰਨਾਂ ਚ ਹੂੰ ਤੁਸੀਂ ਨਾ ਸੋਢੀ ਸਾਹਿਬ ਪੱਗ ਲਾ ਕੇ ਜਦੋਂ ਰੱਖਦੇ ਹੋ ਰਾਤ ਨੂੰ ਨਾ ਤੁਸੀਂ ਕਦੇ ਬਸ ਐ ਐ ਕਰਕੇ ਦੇਖੋ ਐ ਲੱਗੂ ਜਿਵੇਂ ਇੰਡੀਆ ਖੁੱਲ ਗਿਆ ਛੇ ਇਹ ਛੋਟੇ ਛੋਟੇ ਮਸਾਮ ਬੰਦ ਹੁੰਦੇ ਨੇ ਹੁਣ ਮੈਂ ਕੀਤਾ ਨਾ ਮੈਨੂੰ ਪੂਰਾ ਖੁੱਲ ਗਿਆ ਸਿਸਟਮ ਲਾਈਟ ਵੱਜ ਜਾਂਦੀ ਐ ਨੇ ਜੀ ਅੱਖਾਂ ਦੀ ਤੇ ਇਹ ਇੰਨਾ ਕੀ ਹੋ ਗਿਆ ਤੁਹਾਡਾ ਜਿੱਥੇ ਟਾਇਲਟ ਕਰਦੇ ਹੋ ਗੁਦਾ ਉੱਥੇ ਤੁਸੀਂ ਸਵੇਰੇ ਸਵੇਰੇ ਥੋੜਾ ਜਿਹਾ ਘਿਓ ਚੋਪੜੋ ਤੁਸੀਂ ਤੁਹਾਡਾ ਬਾਥਰੂਮ ਵਾਲਾ ਏਰੀਆ ਉੱਥੇ ਲਗਾਓ ਉੱਥੇ ਮੈਂ ਦੱਸਦਾ ਉਹਨਾਂ ਲੋਕਾਂ ਨੂੰ ਵੀ ਸਰੋਂ ਦਾ ਤੇਲ ਲਓ 10 ਬੂੰਦਾ ਉਹਦੇ ਵਿੱਚ 10 ਬੂੰਦਾ ਪਾਓ ਪਾਣੀ ਉਹਨਾਂ ਇਹ ਕਰਕੇ ਉਹਦੀ ਕਰੀਮ ਬਣ ਜਾਂਦੀ ਐ ਚਿੱਟੇ ਰੰਗ ਦੀ ਬਣ ਜਾਂਦੀ ਐ ਜੀ ਤੁਹਾਡਾ ਜਿਹੜਾ ਬਾਥਰੂਮ ਏਰੀਆ ਜੈਂਟਸ ਵਾਸਤੇ ਦੱਸ ਰਣ ਲੇਡੀਜ਼ ਨੂੰ ਤਾਂ ਬਹੁਤ ਤਕਲੀਫ ਹੋਊਗੀ ਇਹਦੀ ਜੈਂਟਸ ਵਾਸਤੇ ਉਹਦੀ ਸਕਿਨ ਪਿੱਛੇ ਕਰਕੇ ਉਹਨੂੰ ਲਗਾਓ ਅਚੀ ਤਰ੍ਹਾਂ ਚਿੱਕਾ ਨਿਕਲ ਜਾਂਦੀਆਂ ਨੇ ਜੀ ਬੰਦੇ ਦੀਆਂ ਇੱਕ ਵਾਰੀ ਐਡਾ ਲੜਦਾ ਹੋ ਲੇਕਿਨ ਉਹ 2-3 ਮਿੰਟ ਲੜਦਾ ਉਦੋਂ ਬਾਅਦ ਹਟ ਜਾਂਦਾ ਪਰ ਉਹ ਬੰਦਾ ਜ਼ਿੰਦਗੀ ਚ ਬੁਢਾ ਨਹੀਂ ਹੁੰਦਾ ਹੂੰ ਜਿੰਦਗੀ ਚ ਕਿਸੇ ਸਪੈਸ਼ਲਿਸਟ ਕੋਲ ਨਹੀਂ ਜਾਂਦਾ ਵੀ ਮੈਂ ਸੈਕਸ ਸਪੈਸ਼ਲਿਸਟ ਕੋਲੇ ਜਾਵਾਂ ਜਾਂ ਲੋੜ ਹੀ ਨਹੀਂ ਪੈਂਦੀ ਤੁਹਾਡੇ ਜਾਨੀ ਆਰਗਨ ਇੰਨੇ ਸਟਰੋਂਗ ਰਹਿੰਦੇ ਆ ਹਰ 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 ਚੀਜ਼ ਇਹ ਜਿਹੜਾ ਤੇਲ ਹੈ ਔਰ ਘਿਓ ਹੈ ਇਹ ਜੇ ਅਸੀਂ ਅੰਦਰ ਪਾਉਣ ਦੀ ਬਜਾਏ ਬਾਹਰ ਲਾਈਏ ਫਿਰ ਇਹਨੂੰ ਅੰਦਰ ਪਾਈਏ ਤੁੰਨੀ ਚਲਾਓ ਇੱਕ ਅਜ ਹੋਰ ਚੀਜ਼ ਦੱਸਦਾ ਜਿਹੜੀ ਅੱਜ ਤੱਕ ਕਿਸੇ ਵੈਦ ਨੇ ਨਹੀਂ ਦੱਸੀ ਹੋਣੀ ਨਾ ਚੀਤੀ ਸਮਝ ਆਉਂਦੀ ਹੈ ਲੋਕਾਂ ਨੂੰ ਅੱਗੇ ਦਾਈਆਂ ਕਰਦੀਆਂ ਹੁੰਦੀਆਂ ਸੀ ਇਹ ਕੰਮ ਦਾਈਆਂ ਕੀ ਕਰਦੀਆਂ ਛੋਟੇ ਬੱਚੇ ਨੂੰ 4-5 ਸਾਲ ਉਹਦੀ ਕੇਅਰ ਕਰਦੀਆਂ ਸੀ ਮਾਪੇ ਵੀ ਨਹੀਂ ਰੋਕਦੇ ਸੀ ਆਉਂਦੀਆਂ ਦੀ ਰੋਬ ਨਾਲ ਆਪਦਾ ਘਰੇ ਨਾਲੇ 20-50 ਰੁਪਏ ਲੈ ਕੇ ਜਾਂਦੀਆਂ ਉਹਦੇ ਨਾਲੇ ਰੋਬ ਰੱਖਦੀਆਂ ਦੀ ਪੂਰਾ ਘਰ ਚ ਤੇ ਉਹ ਕੀ ਕਰਦੀਆਂ ਸੀ ਨਿਆਣੇ ਦੇ ਸਾਰੇ ਕੰਨ ਚ ਨੱਕ ਚ ਤੇਲ ਘਿਓ ਲਾਉਣਾ ਤੁੰਨੀ ਚਲਾਉਣਾ ਇੱਕ ਸਪੈਸ਼ਲ ਜਗਾ ਕੱਚਾ ਚ ਲਾਉਣਾ ਵੇ ਜੀ ਅੰਡਰ ਆਰਮ ਦੇ ਵਿੱਚ ਅਸੀਂ ਕੁਝ ਨਹੀਂ ਲਾਉਂਦੇ ਘਾਉਗਿਆ ਰਹਿੰਦਾ ਸਾਫ ਵੀ ਨਹੀਂ ਕਰਦੇ ਸੜਿਆਣ ਪਈ ਰਹਿੰਦੀ ਹੈ ਮਤਲਬ ਇੱਥੇ ਉਹਨਾਂ ਨੇ ਲਾਉਣਾ ਤੇ ਲਾ ਕੇ ਉਹਨੂੰ ਆ ਜੀ ਇੱਕ 10 ਵਾਰੀ ਪਿੱਛੇ ਤੇ 10 ਵਾਰੀ ਆਏ ਅੱਗੇ ਕੱਚਾਂ ਦੇ ਵਿੱਚ ਦੇਸੀ ਕਿਉ ਤੇ ਨਾਰੀਅਲ ਦੇਸੀ ਕਿਉ 100 ਗ੍ਰਾਮ ਨਾਰੀਅਲ 50 ਗ੍ਰਾਮ ਇਹ ਮਿਸ਼ਰਣ ਬਣਾ ਕੇ ਰੱਖੋ ਸੋਢੀ ਸਾਹਿਬ ਅੱਜ ਬਣਾ ਲਿਓ ਘਰੇ ਜਾ ਕੇ ਤੁਸੀਂ ਤੇ ਇਹ ਬਣਾ ਕੇ ਰੱਖੋ ਇਹਨੂੰ ਧੁੰਨੀ ਚਲਾਉਣਾ ਕੱਚਾਂ ਚਲਾਉਣਾ ਔਰ ਪੈਰਾਂ ਦੇ ਜਿਹੜੀਆਂ ਉਂਗਲੀਆਂ ਨੇ ਆ ਗੁੱਟ ਇਹ ਸਾਡੇ ਨੌਨ ਹੈ ਨਾ ਜੀ ਇਹਨਾਂ ਦੇ ਵਿੱਚ ਐ ਰੂਹ ਗਿੱਲੀ ਕਰਕੇ ਐ ਭਰੋ ਜੀ ਐ ਭਰ ਕੇ ਇਹਨੂੰ ਚੰਗੀ ਤਰ੍ਹਾਂ ਲਾਓ ਤੇ ਇਹਦੇ ਨਾਲ ਜਿਹੜੀ ਸਾਡੀ ਸਕਿਨ ਹੈ ਸਾਹ ਲੈਂਦੀ ਆ ਤੁਸੀਂ ਸਕਿਨ ਤੋਂ ਬੁਢੇ ਨਹੀਂ ਹੋ ਸਕਦੇ ਔਰ ਜੇ ਤੁਸੀਂ ਕੱਚਾ ਜਮਣਨ ਲੱਗ ਗਏ ਕਦੇ ਸਰਵਾਈਕਲ ਨਹੀਂ ਹੋ ਸਕਦਾ ਕਦੇ ਮਾਈਗ੍ਰੇਨ ਸ਼ਾਇਦ ਇਹੀ ਕਾਰਨ ਸੀਗਾ ਜੀ ਵੀ ਪੁਰਾਣੇ ਦੌਰ ਚ ਗੁਸਲਖਾਨਾਂ ਚ ਘਿਓ ਦੀ ਕਿਆ ਤੇਲ ਵਾਲੀ ਸ਼ੀਸ਼ੀ ਪੱਕੀ ਪਈ ਹੁੰਦੀ ਸੀ ਪੱਕੀ ਪਈ ਹੁੰਦੀ ਸੀ ਵੀ ਨੌਣ ਤੋਂ ਬਾਅਦ ਲੋਕ ਜਿਹੜੇ ਲੋਕ ਸੀਗੇ ਉਹ ਅਕਸਰ ਪਿੰਡੇ ਤੇ ਤੇਲ ਲਾਉਂਦੇ ਹੁੰਦੇ ਸੀ ਹੁਣ ਵੀ ਦੇਖੋ ਮੈਂ ਹੋਟਲਾਂ ਚ ਰੁਕਦਾ ਟੂਰ ਤੇ ਜਾਂਦਾ ਮੇਰੇ ਬੈਗ ਦੇ ਵਿੱਚ ਸਪੈਸ਼ਲ ਸਰੋਂ ਦੇ ਤੇਲ ਦੀ ਸ਼ੀਸ਼ੀ ਪੱਕੀ ਹੋਵੇ ਇੱਕ ਦੇਸੀ ਘਿਓ ਦੀ ਡੱਬੀ ਅੱਛਾ ਇੱਕ ਆਖਰੀ ਗੱਲ ਦੱਸ ਦਿਓ ਤੁਹ ਨਹੀਂ ਜ ਤੇਲ ਪਾਉਣ ਦੇ ਗਲਾਹੇ ਕੀ ਆ ਔਰ ਕਾਰਨ ਕੀ ਆ ਤੁਹ ਨਹੀਂ ਤੇਲ ਕਿਉਂ ਪਾਉਣਾ ਚਾਹੀਦਾ ਦੇਖੋ ਤੁਨੀ ਸਾਡੀ ਨਾ ਜੋ ਵੀ ਚੀਜ਼ ਆ ਸਾਡੀ ਤੁਨੀ ਸਾਡਾ ਤੁਰਾ ਸਾਡੇ ਸਰੀਰ ਦਾ ਤੁਰਾ ਇਦੇ ਵਿੱਚ 72000 ਤੋਂ ਵੱਧ ਨਾੜੀਆਂ ਨੇ ਜਿਹੜੀਆਂ ਕਿ ਇਹਦੇ ਨਾਲ ਜੁੜੀਆਂ ਹੋਈਆਂ ਨੇ ਨਾੜ ਦੀ ਸਿਰ ਦੀ ਵੀ ਪੈਰ ਦੀ ਵੀ ਲੈ ਕੇ ਸਾਰੀ ਨਸ ਇੱਥੇ ਤੱਕ ਜੁੜੀ ਹੋਈ ਆ ਨਾਭੀ ਸਾਡੀ ਜਾਨ ਜਿਵੇਂ ਆ ਰਾਮਚੰਦਰ ਜੀ ਦੀ ਇੱਕ ਕਹਾਣੀ ਆਪਾਂ ਸਾਰਿਆਂ ਨੇ ਸੁਣੀ ਆਂ ਵੀ ਰਾਵਣ ਦੀ ਜਾਨ ਨਾਭੀ 'ਚ ਸੀ ਨਾਭੀ 'ਚ ਸੀ ਉਹਦੀ ਨਾਭੀ 'ਚ ਜਦੋਂ ਤੀਰ ਵੱਜਿਆ ਫਿਰ ਉਹਦਾ ਜਿਹੜਾ ਅੰਮ੍ਰਿਤਕੁੰਡ ਫੁੱਟਿਆ ਤਾਂ ਉਹਦੀ ਉਹਦੋਂ ਫਿਰ ਉਹਦੋਂ ਬਾਅਦ ਉਹ ਸ਼ੀਧੀ ਪੜ ਜਾਏ ਵੀ ਕਹਿੰਦੇ ਡਾਕਟਰ ਸਾਹਿਬ ਜਦੋਂ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਤਾਂ 나ੜੂਆ ਕੱਟਦੇ ਆ ਤੇ ਧੁੰਨੀ ਦਾ ਹੀ ਡਾਈਟ ਮਿਲਦੀ ਮੇਰੇ ਖਿਆਲ ਸਾਰੇ ਉਹ ਬੱਚਾ ਉੱਥੇ ਹੀ ਡਾਈਟ ਲੈ ਕੇ ਅੰਦਰ ਪੂਰਾ ਡਿਵੈਲਪ ਹੁੰਦਾ ਉਹ ਜਦੋਂ ਅਸੀਂ 나ੜੂਆ ਕੱਟਦੇ ਆ ਫਿਰ ਅਸੀਂ ਉਹਦੇ ਮੂੰਹ ਰਾਹੀਂ ਉਹਨੂੰ ਦੇਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਚੀਜ਼ ਆਪਾਂ ਕੀ ਦੰਨੇ ਆ ਸ਼ਹਿਦ ਸ਼ਹਿਦ ਬੇਨੂੰ ਗੁੜਤੀ ਦਿਓ ਹੈਨਾ ਉਹਨੂੰ ਅਸੀਂ ਸ਼ਹਿਦ ਚਿਟਾਉਣਾ ਸ਼ਹਿਦ ਜਿਹੜਾ ਹੈਗਾ ਉਹ ਕਿਉਂ ਚਿਟਾਉਨੇ ਆ ਅੱਜ ਲੋ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰ ਦਵਾਂ ਇੱਕ ਮਿੰਟ ਦੀ ਗੱਲ ਹੈ ਸੋਢੀ ਸਾਹਿਬ ਸ਼ਹਿਦ ਕੀ ਆ ਉਹ ਸਾਡੀ ਤਸਵੀਰ ਚੇਂਜ ਕਰ ਦਿੰਦਾ ਮਾਂ ਦੇ ਪੇਟ ਚ ਬੱਚਾ ਨੇਰੇ ਚ ਹੁੰਦਾ ਤਸਵੀਰ ਹੋਰ ਹੁੰਦੀ ਆ ਉਹ ਜਦੋਂ ਬਾਹਰ ਆਉਂਦਾ ਇਕਦਮ ਉਹਨੂੰ ਚਾਨਣ ਤਾਂ ਹੋ ਹੀ ਜਾਂਦਾ ਉਹ ਦੇਖਦਾ ਵੀ ਇਹ ਕੀ ਹੋ ਗਿਆ ਇਕਦਮ ਸਾਰਾ ਲਾਈਟ ਲਾਈਟ ਹੋ ਗਈ ਤੇ ਉਹਦੇ ਲਈ ਉਹ ਬਹੁਤ ਵੱਡਾ ਇੱਕ ਉਹ ਫਿਰ ਮਤਲਬ ਕਿ ਜਦੋਂ 나ੜੂਆ ਕੱਟਦਾ ਫਿਰ ਉਹ ਚੀਕਾਂ ਮਾਰਦਾ ਵੀ ਮੈਂ ਕਿੱਥੇ ਆ ਗਿਆ ਫਿਰ ਉਹਨੂੰ ਸ਼ਾਇਦ ਚਟਾਉਂਦੇ ਬੜਾ ਸਵਾਦ ਲੈ ਕੇ ਚਟਦਾ ਉਹ ਉਹਨੂੰ ਉਸ ਵਾਤਾਵਰਣ ਚ ਲੈ ਆਉਂਦਾ ਜਿੰਨੇ ਵੀ ਮੇਰੇ ਕੋਲ ਐਨ ਆਰ ਆਈ ਆਉਂਦੇ ਆ ਮੈਂ ਸਾਰਿਆਂ ਨੂੰ ਕਹਿੰਦਾ ਵੀ ਸ਼ਾਇਦ ਦੀ ਡੱਬੀ ਆਪਣੀ ਉਹਦੇ ਚ ਰੱਖਿਆ ਕਰੋ ਬੈਗ ਚ ਜੀ ਜਿਹੜੇ ਵੀ ਮੁਲਕ ਦੀ ਧਰਤੀ ਤੇ ਉਤਰਦੇ ਹੋ ਇੱਕ ਚਮਚਾ ਸ਼ਾਇਦ ਖਾ ਲਿਆ ਕਰੋ ਉਸੇ ਮੁਲਕ ਦੇ ਐਟਮੋਸਫੇਅਰ ਚ ਤੁਸੀਂ ਜਦੇ ਢਲ ਜਾਓਗੇ ਅੱਛਾ ਹਾਂ ਉਹ ਮੇਰੇ ਕਈ ਬੰਦੇ ਨੇ ਮੰਨੀ ਮੇਰੀ ਗੱਲ ਉਹ ਥੈਂਕ ਯੂ ਕਹਿੰਦੇ ਗੋਲਸਾਹ ਕਮਾਲ ਹੋ ਗਿਆ ਨਹੀਂ ਇੱਥੇ ਹੁੰਦਾਂ ਦੀ ਛੱਕਾ ਹੀ ਲੱਗ ਜਾਂਦੀ ਸੀ ਹੁਣ ਠੀਕ ਆ ਉੱਧਰ ਜਾਂਦੇ ਸੀ ਖਾਜ ਹੁੰਨ ਲੱਗਦੀ ਸੀ ਪਿੰਡੇ ਤੇ ਹੁਣ ਠੀਕ ਆ ਮੈਨੂੰ ਲੱਗਦਾ ਸ਼ਾਇਦ ਤੁਹਾਡਾ ਜਿਹੜਾ ਹੈਗਾ ਨਾ ਤੁਹਾਡੀ ਤਸਵੀਰ ਨੂੰ ਸੈੱਟ ਕਰਨ ਦਾ ਸਭ ਤੋਂ ਵਧੀਆ ਸਰੋਤ ਹੈ ਇਹ ਇੱਕ ਸੋਢੀ ਸਾਹਿਬ ਗੱਲ ਸੀ ਜ਼ਰੂਰੀ ਕਹਿਣ ਵਾਲੀ ਬਾਕੀ ਜਿਹੜਾ ਨਾਭੀ ਦੀ ਗੱਲ ਆਪਾਂ ਕਰ ਰਹੇ ਹਾਂ ਹੁਣ ਸਾਡੀ ਧੁੰਨੀ ਤੁਸੀਂ ਦੇਖਿਓ ਕਦੇ ਤੁਸੀਂ ਕੱਪੜੇ ਲਾਉਂਦੇ ਹੋ ਰਾਤ ਨੂੰ ਕਰੇ ਜਾ ਕੇ ਆਪਾਂ ਫਿਰ ਕਈ ਵਾਰੀ ਦੇਖਦੇ ਧੁੰਨੀ ਦੇ ਵਿੱਚ ਫੂਸ ਜਾਂ ਹੁੰਦਾ ਪਾਏ ਝਾੜ ਦਿੰਦੇ ਗਰਮੀ ਕਰਦੇ ਝਾੜ ਦਿੰਦੇ ਉਹ ਕੀ ਹੁੰਦਾ ਕਿ ਸਾਡੀ ਧੁੰਨੀ ਨਾ ਸੱਕ ਕਰਦੀ ਆ ਇਹਨੂੰ ਕੁਝ ਖਾਣ ਨੂੰ ਚਾਹੀਦਾ ਉਹ ਸੱਕ ਕੀ ਕਰਦੀ ਆ ਉਹ ਸਾਡੀਆਂ ਨਸਾਂ ਨੂੰ ਤਾਕਤ ਦੇਨੀ ਆ ਉਹਨਾਂ ਉਹ ਜੇ ਅਸੀਂ ਉਹਨੂੰ ਤੇਲ ਦੇ ਦਾਂਗੇ ਸਾਡੀਆਂ ਨਾੜਾਂ ਨੂੰ ਤੇਲ ਦੇ ਦੂਗੀ ਤਾਂ ਸਾਡੇ ਪੂਰੇ ਸਰੀਰ 'ਚ ਲੂਬ੍ਰੀਕੇਸ਼ਨ ਔਰ ਚੁਸਤੀ ਰਹਿੰਦੀ ਆ ਉਹ ਸਾਨੂੰ ਖਵਾਉਂਦੀ ਕੀ ਆ ਸਾਡੀਆਂ ਬਣਾਣਾ ਚੋਂ ਖਿੱਚ-ਖਿੱਚ ਕੇ ਕੂੜਾ ਤੇ ਫਿਰ ਉਹੀ ਸਾਡੇ ਅੰਦਰ ਭਰੀ ਜਾਂਦਾ ਉਹ ਫਿਰ ਸਵੇਰੇ ਕਹਿੰਦਾ ਅੱਕਦਾ ਖੁੱਲ ਜਾਂਦੀ ਉੱਠਿਆ ਨਹੀਂ ਜਾਂਦਾ ਕੋਈ ਤਾਂ ਕੁਝ ਦੇ ਦਿਓ ਵੀ ਤੂੰ ਤੁੰਨੀ ਚ ਤੇਲ ਪਾ ਲੈ ਯਾਰ ਕਿਹੜੀ ਗੱਲ ਆ ਫਿਰ ਅੱਛਾ ਤੇਲ ਬਣਾਉਣ ਵਾਲਿਆਂ ਨੇ ਕਮਾਲ ਕਰਤੀ ਸਾਡਾ ਤੇਲ ਕੈਂ ਕਰ ਦੂ ਸਾਡਾ ਤੇਲ ਐਂ ਕਰ ਉਹ ਯਾਰ ਸਰੋਂ ਦਾ ਤੇਲ ਪਾ ਲੋ ਕੰਨਾ ਮੁੱਕਦਾ ਨਹੀਂ ਜੇ ਬਾਹਲੇ ਮੈਂ ਅਮੀਰ ਹਾਂ ਤਾਂ ਦੇਸੀ ਘੋਦੇ ਵਿੱਚ ਨਾਰੀਅਲ ਤੇਲ ਮਿਲਾ ਕੇ ਪਾ ਲੋ ਕੁਝ ਨਹੀਂ ਹੁੰਦਾ ਬਸ ਕ ਬਹੁਤ ਬਹੁਤ ਧੰਨਵਾਦ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਵੈਲਕਮ ਜੀ ਤੁਹਾਡੀ ਸਭ ਤੁਹਾਡਾ ਵੀ ਔਰ ਜਿਹਨੇ ਦਰਸ਼ਕ ਨੇ ਪ੍ਰੋਗਰਾਮ ਦੇਖਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੜ੍ਹੋ